ਇਹ ਸੁੰਦਰ ਤਿੱਤਲੀ ਨੂੰ ਬਣਾਉਣ ਲਈ ਤੁਹਾਨੂੰ ਇੱਕ 15 ਸੈਂਟੀਮੀਟਰ ਦੇ ਚੌਰਸ ਕਾਗਜ਼ ਦੀ ਲੋੜ ਹੋਵੇਗੀ। ਕਾਗਜ਼ ਨੂੰ ਇਸ ਦੇ ਡਾਇਗਨਲ ਤੋਂ ਮੋੜ ਦਿਓ। ਤੀਜਾ ਮੋੜ ਕਾਗਜ਼ ਦੇ ਅੰਤ ਤੋਂ ਥੋੜਾ ਛੋਟਾ ਹੋਣਾ ਚਾਹੀਦਾ ਹੈ। ਕਾਗਜ਼ ਦੇ ਅੰਤ ਤੋਂ 1 ਸੈਂਟੀਮੀਟਰ ਦੂਰ ਇੱਕ ਨਿਸ਼ਾਨ ਲਾਓ ਅਤੇ 2 ਤ੍ਰਿਕੋਣ ਬਣਾਓ। ਹੁਣ ਇਹਨਾਂ ਨੂੰ ਨਿਸ਼ਾਨ ਲਾਈ ਹੋਈ ਰੇਖਾ ਦੇ ਨਾਲ ਨਾਲ ਮੋੜੋ। ਹੁਣ ਪੂਰੇ ਮਾਡਲ ਨੂੰ ਅੱਧੇ ਵਿੱਚੋਂ ਮੋੜ ਦਵੋ। ਕਲਰਡ ਸਕੈਚ ਪੈਨ ਦੀ ਵਰਤੋਂ ਨਾਲ ਉਸਦੇ ਪਰ ਬਣਾਓ। ਹੁਣ ਇਹਨਾਂ ਨੂੰ ਕੈਂਚੀ ਨਾਲ ਕੱਟ ਲਵੋ। ਫਿਰ ਕਾਲੇ ਸਕੈਚ ਪੈਨ ਨਾਲ ਐਂਟੀਨਾ ਬਣਾਓ। ਫਿਰ ਪਤਲੀ ਤੈਅ ਨੂੰ ਕੱਟ ਲਓ। ਹੁਣ ਤਿੱਤਲੀ ਦੀ ਗਰਦਨ ਫੜੋ ਅਤੇ ਉਸਦੀ ਪੂੰਛ ਖਿੱਚੋ ਤਾਂ ਜੋ ਉਸਦੇ ਪਰ ਫੜਫੜਾਉਣ। ਹੁਣ ਇਸ ਨੂੰ ਸੁੰਦਰ ਤਰ੍ਹਾਂ ਸਜਾਓ ਅਤੇ ਇਸ ਵਿੱਚ ਰੰਗ ਭਰੋ। ਤੁਹਾਡੀ ਫੜਫੜਾਉਂਦੀ ਤਿੱਤਲੀ ਤਿਆਰ ਹੈ।